ਭਗਵੰਤ ਮਾਨ ਜੀ ਹੁਣ ਤੱਕ ਪੰਜਾਬ ਸਰਕਾਰ ਦਾ 50 ਕਰੋੜ ਤੋਂ ਵੱਧ ਜਾਜਾਂ 'ਚ ਉਜਾੜ ਚੁੱਕਿਆ 50 ਕਰੋੜ ਰੁਪਈਆ ਇਹ ਪ੍ਰਾਣੀਆਂ ਸਰਕਾਰਾਂ ਨੂੰ ਕਹਿੰਦੇ ਸੀ ਪ੍ਰਾਣੀਆਂ ਸਰਕਾਰਾਂ ਨੇ ਪੰਜਾਬ 'ਚ ਜਾਜ ਉੜਾਏ ਹੋਣਗੇ ਪਰ ਇਹਨਾਂ ਨੇ ਤੇ ਹੱਦੀ ਕਰ ਦਿੱਤੇ ਅਰਵਿੰਦ ਕੇਜਰੀਵਾਲ ਜੀ ਦੀ ਡ్రਾਈਵਰੀ ਕਰਨ ਅੰਦਰ 50 ਕਰੋੜ ਰੁਪਈਆ ਉਜਾੜਤਾ ਪੰਜਾਬ ਦਾ ਇਹ ਖਾਲੀ 50 ਕਰੋੜ ਇੱਕ ਸਾਲ ਦਾ ਪਿਛਲੇ ਦਾ ਬਿੱਲ ਆ ਅਗਲੇ ਦਾ ਘੱਟੋਂ ਘੱਟ ਉਹਨਾਂ ਇਲੈਕਸ਼ਨਾਂ ਦਾ 70 80 ਕਰੋੜ ਹੋਰ ਤਿਆਰ ਬੈਠਾ ਹੈ ਲਗਭਗ 150 ਕਰੋੜ ਰੁਪਇਆ ਭਗਵੰਤ ਮਾਨ ਜੀ ਨੇ ਕੇਵਲ ਔਰ ਕੇਵਲ ਜਾਜਾ ਜ Punjab ਦਾ ਉਜਾੜ ਦਿੱਤਾ ਜੇ ਇਹੀ ਪ੍ਰਾਣੀ ਵਾਲਾਂ ਨੇ ਦਿੱਤਾ ਹੁੰਦਾ ਇਹੀ ਕਰਜ਼ਾ ਲਾਇਆ ਹੁੰਦਾ Punjab ਦਾ ਇਸ ਤਰੀਕੇ ਅਰਵਿੰਦ ਕੇਜਰੀਵਾਲ ਦੋਵੇਂ ਹੱਥਾਂ ਨਾਲ Punjab ਨੂੰ ਲੁੱਟਦਾ ਪਿਆ ਹੈ ਸ਼ਰਾਬ ਦੇ ਪੈਸੇ ਸ਼ਰਾਬ ਦੇ ਠੇਕੇਦਾਰਾਂ ਤੋਂ ਲੁੱਟਦਾ ਪਿਆ ਹੈ Punjab ਦੇ ਅੰਦਰ ਕ腐ਸ਼ਨ ਤੋਂ ਲੁੱਟਦਾ ਪਿਆ ਹੈ ਅਫਸਰਾਂ ਤੋਂ ਲੁੱਟਦਾ ਪਿਆ ਹੈ ਔਰ ਉਦੋਂ ਬਾਅਦ Punjab ਦੀ ਸਰਕਾਰ ਦੇ ਖਜ਼ਾਨੇ 'ਚੋਂ ਜਾਜੂ ਡਾ ਉਡਾ ਕੇ ਲੁੱਟਦੇ ਪਏ ਨੇ ਇਸ ਤਰੀਕੇ Punjab ਨੂੰ ਲੁੱਟਣ ਦਾ ਕੰਮ ਕਰਦੇ ਪਈ ਹੈ ਇਹ ਸਰਕਾਰ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬਣਾਇਆ ਸੀਗਾ ਕਿ ਤੁਸੀਂ ਅਰਵਿੰਦ ਕੇਜਰੀਵਾਲ ਦੇ ਉੱਤੇ ਜਹਾਜ਼ਾਂ ਚ ਉਡਾਉਣ ਤੇ ਕਰੋੜਾਂ ਰੁਪਏ ਪੰਜਾਬ ਦਾ ਬਰਬਾਦ ਕਰ ਦਿਓ ਪੰਜਾਬ ਦੇ ਲੋਕਾਂ ਤੋਂ ਤੁਹਾਨੂੰ ਜਵਾਬ ਦੇਣਾ ਪਊਗਾ ਔਰ ਇਹ ਜਿਹੜੀ ਤੁਸੀਂ ਡਰਾਈਵਰੀ ਕਰਦੇ ਪਏ ਜੇ ਨਾ ਭਗਵੰਤ ਮਾਨ ਦੀ ਜਹਾਜ਼ਾਂ 'ਚ ਬਹਿ ਬਹਿ ਕੇ ਇਹ ਬੜੀ ਮਹਿੰਗੀ ਪਹੋਗੀ ਤੁਹਾਨੂੰ